ਹੈਲੋ, ਹਾਂਜੀ, ਸਾਨੂੰ ਜਿਹੜਾ ਅੱਜ ਕੁਐਸਚਨ ਪੁੱਛਿਆ ਕਿਸੇ ਮਦਰ ਨੇ, ਉਹਨਾਂ ਨੇ ਕਿਹਾ ਗਿਆ ਕਿ ਜਿਹੜੀਆਂ ਫੀਲਿੰਗਸ ਆ, ਜਿਹੜੀਆਂ ਇਮੋਸ਼ਨਸ ਆ, ਜਿਹੜੀਆਂ ਭਾਵਨਾਵਾਂ ਆਪਾਂ ਨੂੰ ਆਉਂਦੀਆਂ ਵਾ, ਇਹ ਤਾਂ ਇੱਕ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈਗੀ ਕਿ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਚਿਰਾਂ ਤੋਂ ਸਾਡੀ ਕਲਚਰ ਦੀ ਪਰਸੈਪਸ਼ਨ ਇਹੀ ਹੈ, ਐਂਡ ਜਿਹੜਾ ਸਾਈਕੋਲੋਜੀਕਲ, ਜਿਹੜਾ ਮਾਨਸਿਕ ਵਿਕਾਸ ਵੀ ਸਾਡੇ 'ਚ ਤਾਂ ਹੀ ਨਹੀਂ ਹੋ ਸਕਿਆ, ਕਿਉਂਕਿ ਜਿਹੜੀ ਜਿਹੜੀ ਭਾਵਨਾਵਾਂ ਦੀ ਦੁਨੀਆ ਅਸੀਂ ਇਹ ਤੋਂ ਦੂਰ ਭੱਜਦੇ ਹਾਂ, ਜਿਹੜੀਆਂ ਔਖੀ ਭਾਵਨਾਵਾਂ ਦੀ ਦੁਨੀਆ ਵਾ ਅਸੀਂ ਇਹ ਤੋਂ ਦੂਰ ਭੱਜਦੇ ਹਾਂ। ਸੋ ਪਹਿਲਾਂ ਤਾਂ ਸਾਡਾ ਮਕਸਦ ਇਹ ਹੈ ਕਿ ਅਸੀਂ ਜਿਵੇਂ ਜਿਸ ਤਰੀਕੇ ਨਾਲ ਭਾਵਨਾਵਾਂ ਨੂੰ ਦੇਖਦੇ ਹਾਂ ਉਹ ਸੋਚ ਆਪਣੇ ਵਿੱਚ ਬਦਲੀਏ। ਅਸੀਂ ਇੱਕ ਭਾਵਨਾਵਾਂ ਨੂੰ ਇੱਕ ਕਮਜ਼ੋਰੀ ਦੇ ਤਰੀਕੇ ਨਾਲ ਦੇਖਦੇ ਹਾਂ, ਜਾਂ ਅਸੀਂ ਇੱਕ ਭਾਵਨਾਵਾਂ ਨੂੰ ਇੱਕ ਗਰੋਥ ਦੇ ਤਰੀਕੇ ਨਾਲ ਦੇਖਦੇ ਹਾਂ ਵੀ ਇਹਨਾਂ 'ਚੋਂ ਉੱਭਰ ਸਕਦੇ ਹਾਂ, ਅਸੀਂ ਇਹਨਾਂ 'ਚੋਂ ਉੱਭਰ ਕੇ ਵਾਪਸ ਆ ਸਕਦੇ ਹਾਂ, ਕੋਈ ਸਾਡੇ ਵੱਲ ਸਿਗਨਲ ਆ, ਸਾਡੇ ਅੰਦਰ ਕੋਈ ਕਿਸੇ ਤਰ੍ਹਾਂ ਦੀਆਂ ਸੋਚਾਂ ਵਾ ਜਿਹੜੀਆਂ ਚੱਲ ਰਹੀਆਂ, ਜਿਹੜੀਆਂ ਭਾਵਨਾਵਾਂ ਉਹਨਾਂ ਪ੍ਰਤੀ ਸਾਨੂੰ ਸੰਕੇਤ ਕਰਦੀਆਂ ਵਾ। ਸੋ ਸਾਡਾ ਮਕਸਦ ਇਹ ਹੈ ਕਿ ਜਿਹੜੀਆਂ ਭਾਵਨਾਵਾਂ ਤੋਂ ਅਸੀਂ ਭੱਜਣਾ ਨਹੀਂ ਹੈਗਾ, ਭਾਵਨਾਵਾਂ ਦੇ ਪ੍ਰਤੀ ਅਸੀਂ ਸੋਚ ਕੀ ਰੱਖਦੇ ਉਹ ਵੀ ਬਦਲਣੀਆਂ। ਭਾਵਨਾਵਾਂ ਇੱਕ ਕਮਜ਼ੋਰੀ ਨਹੀਂ ਹੈਗੀਆਂ, ਭਾਵਨਾਵਾਂ ਇੱਕ ਇਨਫੋਰਮੇਸ਼ਨ ਆ ਤੁਹਾਡੀ ਬਾਡੀ ਦੀ। ਸੋ ਫੋਰ ਐਗਜ਼ਾਮਪਲ, ਜੇ ਤੁਸੀਂ ਇਕੱਲੇ ਇਕੱਲੇ ਮਹਿਸੂਸ ਕਰ ਰਹੇ ਹੋ, ਜੇ ਤੁਸੀਂ ਆਪਣੇ ਆਪ 'ਚ ਇਕੱਲਾਪਣ ਮਹਿਸੂਸ ਕਰ ਰਹੇ ਹੋ, ਐਂਡ ਇਹ ਤੁਹਾਡੀ ਭਾਵਨਾਵਾਂ ਬਣ ਗਈ ਆ, ਇਹ ਭਾਵਨਾ ਕਿਤੇ ਨਾ ਕਿਤੇ ਤੁਹਾਨੂੰ ਸੰਕੇਤ ਕਰ ਰਹੀ ਆ ਤੁਹਾਡੀ ਜ਼ਿੰਦਗੀ 'ਚ ਕਿਸੇ ਸਿਚੁਏਸ਼ਨ ਨੂੰ ਲੈ ਕੇ ਕਿ ਤੁਹਾਡੇ ਲਈ ਕਨੈਕਸ਼ਨ ਜ਼ਰੂਰੀ ਆ, ਤੁਹਾਡੇ ਲਈ ਕਿਸੇ ਨਾਲ ਜੁੜਨਾ ਜ਼ਰੂਰੀ ਆ। ਇਸ ਲਈ ਜਿਹੜਾ ਇਕੱਲਾ ਇਕੱਲਾ ਪਾਣਾ ਤੁਹਾਨੂੰ ਅਨਕੰਫਰਟੇਬਲ ਮਹਿਸੂਸ ਹੁੰਦਾ, ਸੋ ਇਹ ਸੰਕੇਤ ਲੈਣਾ ਵਾ ਅਤੇ ਉਸ ਚੇਂਜ ਪ੍ਰਤੀ ਅਸੀਂ ਕੰਮ ਕਰਨਾ ਵਾ। ਸੋ ਪਹਿਲਾਂ ਤਾਂ ਅਸੀਂ ਆਪਣੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਵੀ ਉਦੋਂ ਹੀ ਸਹਿਣ ਕਰ ਸਕਾਂਗੇ ਜਦੋਂ ਅਸੀਂ ਇਹਨਾਂ ਭਾਵਨਾਵਾਂ ਪ੍ਰਤੀ ਆਪਣੀ ਸੋਚ ਬਦਲਾਂਗੇ ਕਿ ਭਾਵਨਾਵਾਂ ਇੱਕ ਕਮਜ਼ੋਰੀ ਨਹੀਂ ਹੈਗੀਆਂ, ਭਾਵਨਾਵਾਂ ਇੱਕ ਸੰਕੇਤ ਆ, ਇਨਫੋਰਮੇਸ਼ਨ ਆ ਸਾਡੀ ਜ਼ਿੰਦਗੀ ਪ੍ਰਤੀ, ਸਾਡੀ ਬਾਡੀ ਪ੍ਰਤੀ ਇੱਕ ਇਨਫੋਰਮੇਸ਼ਨ ਸਾਨੂੰ ਦਿੰਦੀਆਂ ਵਾ, ਐਂਡ ਅਸੀਂ ਉਹ ਇਨਫੋਰਮੇਸ਼ਨ ਲੈਣਾ ਇਹਨਾਂ ਤੋਂ ਭੱਜਣ ਦੀ ਬਜਾਏ, ਬਿਕੋਜ਼ ਜਦੋਂ ਤੁਸੀਂ ਇਹਨਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਇਨਫੋਰਮੇਸ਼ਨ ਮਿਸ ਕਰ ਜਾਂਦੇ ਹੋ, ਜਿਹੜੀ ਕਿ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ, ਜਿਹੜੀ ਕਿ ਚੀਜ਼ ਤੁਹਾਡੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ। ਸੋ ਆਪਣਾ ਮਕਸਦ ਇਹ ਹੈ ਕਿ ਜਦੋਂ ਵੀ ਸਾਡੇ 'ਤੇ ਔਖੀਆਂ ਭਾਵਨਾਵਾਂ, ਗਿਲਟ, ਸ਼ੇਮ, ਐਂਗਜ਼ਾਇਟੀ ਜੋ ਵੀ ਆਉਂਦੀਆਂ ਵਾ, ਜਿਹੜੀਆਂ ਔਖੀਆਂ ਅਨਕੰਫਰਟੇਬਲ ਆ, ਉਹਨਾਂ ਦੇ ਨਾਲ ਅਸੀਂ ਰਹਿਣਾ ਵਾ, ਅਤੇ ਉਹਨਾਂ ਦੇ ਨਾਲ ਰਹਿ ਕੇ ਅਸੀਂ ਉਹ ਜਿਹੜਾ ਬ੍ਰਿਜ ਆ ਉਹ ਅਸੀਂ ਪਾਰ ਕਰਨਾ ਵਾ, ਤਾਂ ਕਿ ਅਸੀਂ ਦੂਸਰੇ ਪਾਸੇ ਦੇਖ ਸਕੀਏ ਕਿ ਸੰਕੇਤ ਸਾਨੂੰ ਕੀ ਕਰ ਰਹੀਆਂ, ਕਿਹੜੀ ਜ਼ਿੰਦਗੀ ਦਾ ਹਿੱਸਾ ਸਾਡਾ ਜਗਾਉਣ ਦੀ ਕੋਸ਼ਿਸ਼ ਕਰ ਰਹੀਆਂ ਵਾ। ਆਉਣ ਵਾਲੇ ਵੀਡੀਓਜ਼ ਦੇ ਵਿੱਚ ਹੋਰ ਵੀ ਇਹਨਾਂ ਦੀ ਡੀਪ ਗੱਲਬਾਤ ਕਰਾਂਗੇ। ਥੈਂਕ ਯੂ ਸੋ ਮੱਚ।